ਗੁਰਦੁਆਰੇ ਦੀ ਕੰਧ ਨਾਲ ਦੱਬੇ ਪੈਰੀ ਤੁਰੇ ਜਾ ਰਹੇ ਤਿੰਨ ਚੋਰ ਜੋ ਲੋਕ ਤੋੜ ਕੇ ਗੁਰੂ ਘਰ ਦੇ ਵਿੱਚ ਦਾਖਲ ਹੋਏ। ਇਹਨਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਘੁਮਾਏ ਗਏ ਤਾਂ ਜੋ ਇਹਨਾਂ ਦੀ ਕਰਤੂਤ ਕੈਮਰੇ ਦੇ ਵਿੱਚ ਕੈਦ ਨਾ ਹੋ ਸਕੇ। ਗੋਲਕ ਦੇ ਵਿੱਚ 7 ਲੱਖ ਦੇ ਕਰੀਬ ਮਾਇਆ ਪਈ ਸੀ। ਇਹਨਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਪਰ ਗੋਲਕ ਤੋੜ ਨਾ ਸਕੇ। ਆਖਿਰਕਾਰ ਇਹਨਾਂ ਤਿੰਨੇ ਚੋਰਾਂ ਨੂੰ ਬੇਰੰਗ ਵਾਪਸ ਮੁੜਨਾ ਪਿਆ। ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਬੱਲੜਵਾਲ ਦੇ ਗੁਰੂ ਘਰ ਦੀਆਂ ਨੇ ਜਿੱਥੇ ਵੱਡੀ ਚੋਰੀ ਦੀ ਘਟਨਾ ਹੋਣੋਂ ਬਚ ਗਈ। ਇਹਨਾਂ ਤਿੰਨੇ ਚੋਰਾਂ ਦੇ ਮੂੰਹ ਢੱਕੇ ਹੋਏ ਸੀ, ਸੇਵਾਦਾਰ ਦੀ ਜਾਗ ਖੁੱਲ੍ਹੀ ਤਾਂ ਇਹ ਫਰਾਰ ਹੋ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਜਿੰਨੀਆਂ ਕੁ ਵੀ ਤਸਵੀਰਾਂ ਪੁਲਿਸ ਦੇ ਹੱਥ ਲੱਗੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਇਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਹੈ। ਨਾਮ ਮੇਰਾ ਹਰਦੇਵ ਸਿੰਘ, ਜਿੱਥੇ ਦੀ ਮੌਜੂਦਾ ਸੀ ਸੇਵਾਦਾਰ ਆ। ਅਤੇ ਚੋਰਾਂ ਨੇ ਰਾਤੀ ਸਵੇਰੇ 1:30 ਵਜੇ ਕੋਸ਼ਿਸ਼ ਕੀਤੀ ਚੋਰੀ ਦੀ, ਇਹ ਵੀ ਮਹਾਰਾਜ ਗੁਰੂ ਬਾਬਾ ਗਾਮ ਚੁੱਕ ਜੀ ਕਿਰਪਾ ਕਰਨ ਜਿਨ੍ਹਾਂ ਨੇ ਆਪ ਹੀ ਸਹਾਇਤਾ ਕੀਤੀ ਹੈ। ਚੋਰਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਵੀ ਚੋਰੀ ਕਰਨ ਦੀ, ਬਾਕੀ ਇੱਥੇ ਸਰ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੋਈ, ਨਾ ਇਹ ਚੋਰੀ ਹੋਈ। ਜਿੰਨੇ ਪੈਸੇ ਤਹਿਸੀਲਦਾਰ ਸਾਹਿਬ ਨੇ ਗਿਣ ਕੇ ਗਏ ਰਾਤੀ ਗਿਆ ਸੀ, ਉਹਨੇ ਪੂਰੇ ਨਿਕਲੇ ਨੇ। ਕਿਸ ਤਰੀਕੇ ਨਾਲ ਆਏ ਆ, ਕਿੰਨੇ ਜਾਣੇ ਸੀ, ਸੀਸੀਟੀਵੀ ਆਈ, ਕੀ ਆਇਆ ਸਾਰਾ? ਸਰ 3 ਲੋਕ ਸੀ, 3 ਜਾਣੇ ਸੀ ਜਿਹੜੇ ਇੱਧਰ ਸੋਵਰ ਵਾਲੇ ਬੰਨੇ ਆਏ, ਜਿਹਨਾਂ ਨੇ ਕੋਸ਼ਿਸ਼ ਕੀਤੀ ਇੱਕ ਤਾਲਾ ਤੋੜ ਕੇ ਅਤੇ ਅੰਦਰ ਤੋਂ ਗਏ, ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕੋਈ ਰਾੜ ਲੈਂਦੇ ਸੀ ਜਿਹਨਾਂ ਦੇ ਨਾਲ ਇਹ ਆਪਣੀ ਗੋਲਕ ਨੂੰ ਤੋੜ ਕੇ, ਕੋਸ਼ਿਸ਼ ਹੀ ਕੀਤੀ, ਕੋਸ਼ਿਸ਼ ਹੀ ਰਹਿ ਗਈ। ਮਹਾਰਾਜ ਬਾਬੇ ਗਾਮ ਚੁੱਕ ਜੀ ਨੇ ਆ ਵੀ ਆਪਣੇ ਗੁਰਦੁਆਰਾ ਸਾਹਿਬ ਦੀ ਆ ਵੀ ਸਹਾਇਤਾ ਕੀਤੀ, ਜਿਹਨਾਂ ਦੇ ਨਾਲ ਸਾਡਾ ਇੱਕ ਸੇਵਾਦਾਰ ਨੂੰ ਸੁਰਤ ਹੋ ਗਈ, ਉਹਨੇ ਰੌਲਾ ਪਾਇਆ, ਇਹ ਭੱਜ ਗਏ, ਕੋਈ ਪੈਸਾ ਕੋਈ ਨੁਕਸਾਨ ਨਹੀਂ ਹੋਇਆ। ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕੋਈ ਕੀ ਕੀਤਾ ਉਹਨਾਂ ਨੇ ਅੰਦਰ, ਸੀਸੀਟੀਵੀ ਤਾਂ ਚੁੱਕਤੇ ਜਾਂ ਕੀ ਕੀਤਾ? ਹਾਂਜੀ ਸਰ, ਅੰਦਰ ਨਾ 3 ਕੈਮਰੇ ਲੱਗੇ ਸੀ, ਉਹਨਾਂ ਨੇ ਇੱਕ ਦੂਜੇ 'ਤੇ ਚੜ੍ਹ ਕੇ ਤਾਂ 3 ਕੈਮਰੇ ਤਾਂ ਕਰਤੇ, ਅਤੇ ਜਿਹਦੇ ਕਰਕੇ ਫੋਟੋ ਪੂਰੀਆਂ ਕਲੀਅਰ ਨਹੀਂ ਆਈਆਂ। ਕੋਈ ਪਛਾਣ 'ਚ ਆਇਆ ਤੁਹਾਡੀ? ਨਹੀਂ ਸਰ, ਅਸਲ 'ਚ ਪਛਾਣ 'ਚ ਕੋਈ ਨਹੀਂ ਆਇਆ। ਪਹਿਲਾਂ ਵੀ ਚੋਰੀ ਹੋ ਚੁੱਕੀ ਸੀ? ਹਾਂਜੀ, 3 ਵਾਰੀ ਪਹਿਲਾਂ ਸਰ ਚੋਰੀ ਹੋਈ। ਹੁਣ ਪੁਲਿਸ ਪਹੁੰਚੀ ਆ, ਤਹਿਸੀਲਦਾਰ ਪਹੁੰਚੇ, ਕੀ ਆਸ਼ਵਾਸਨ ਦਵਾਇਆ ਕੀ? ਸਰ SHO ਸਾਹਿਬ ਨੂੰ ਸਵੇਰੇ ਫੋਨ ਕੀਤਾ ਸੀ, ਸੁਬਹਾ ਉਹ ਸੁਬਹਾ ਦੇ ਇੱਥੇ ਆ ਗਏ ਅਤੇ ਉਹਨਾਂ ਨੇ ਪੂਰੀ ਪੁੱਛ ਪੜਤਾਲ ਕੀਤੀ, ਕਿੰਨੇ ਸਾਨੂੰ ਉਹਨਾਂ ਨੇ ਯਕੀਨ ਦਵਾਇਆ, ਭਰੋਸਾ ਦਵਾਇਆ ਵੀ ਅਸੀਂ ਜਲਦੀ ਤੋਂ ਜਲਦੀ ਜਿਹੜੇ ਇਹ ਚੋਰ ਨੇ ਅਸੀਂ ਫੜ ਕੇ ਇਹਨਾਂ ਨੂੰ ਸਜ਼ਾ ਸਭ ਤੋਂ ਸਜ਼ਾ ਦੇਵਾਂਗੇ। ਸਾਨੂੰ ਸੁਬਹਾ ਅਰਲੀ ਮਾਰਨਿੰਗ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਗਮਚੁੱਕ ਬੱਲੜਵਾਲ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਚੋਰੀ ਕੀਤੀ ਹੈ, ਤਾਂ ਮੌਕੇ 'ਤੇ ਤਹਿਸੀਲਦਾਰ ਸਾਹਿਬ ਵੀ ਆਏ ਨੇ, ਤੋ ਕੋਸ਼ਿਸ਼ ਕੀਤੀ ਗਈ ਆ, ਕਿਸੇ ਕਿਸਮ ਦਾ ਕੈਸ਼ ਚੋਰੀ ਨਹੀਂ ਹੋਇਆ। ਅਸੀਂ ਛੇਤੀ ਇਹਨਾਂ ਉਹਨਾਂ ਲੋਕਾਂ ਦਾ ਜਿਹੜਾ ਪਰਦਾ ਫਾਸ਼ ਕਰਾਂਗੇ, ਤਹਿਕੀਕਾਤ ਚੱਲ ਰਹੀ। ਸੀਸੀਟੀਵੀ ਖੰਗਾਲੀ ਜਾ ਰਹੀ ਸੀ, ਕਿੰਨੇ ਵਿਅਕਤੀ ਸੀ ਉਹਦੇ ਵਿੱਚ? ਸੀਸੀਟੀਵੀ 3 ਵਿਅਕਤੀ ਆਏ ਨੇ ਜਿਨ੍ਹਾਂ ਨੇ ਆਪਣੇ ਫੇਸ ਜਿਹੜੇ ਕਵਰ ਕੀਤੇ ਹੋਏ ਸੀ, ਪਰ ਫਿਰ ਵੀ ਉਹਨਾਂ ਦੀ ਚਾਲ ਢਾਲ ਅਤੇ ਹੋਰ ਕਈ ਚੀਜ਼ਾਂ ਨੇ ਪਹਿਲੂ ਹੈਗੇ ਨੇ, ਉਹਨਾਂ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ। ਸਰ ਕਿਸ ਤਰੀਕੇ ਨਾਲ ਅੰਦਰ ਆਏ, ਕਿਸ ਤਰੀਕੇ ਨਾਲ ਪਤਾ ਲੱਗਾ, ਕੋਈ ਕੈਮਰੇ ਵੀ ਤਾਂ ਕਰ ਦਿੱਤੇ? ਹਾਂ, ਅੰਦਰ ਇੰਟਰੀ ਉਹਨਾਂ ਨੇ ਦਰਵਾਜ਼ਾ ਜਿਹੜਾ ਤੋੜ ਕੇ ਲੌਕ ਤੋੜ ਕੇ ਅੰਦਰ ਕੀਤੀ ਹੈ, ਅਤੇ ਕੈਮਰਿਆਂ ਦੇ ਮੂੰਹ ਜਿਹੜੇ ਉੱਪਰ ਨੂੰ ਚੱਕ ਦਿੱਤੇ ਸੀ, ਪਰ ਫਿਰ ਵੀ ਉਹਨਾਂ ਦੀਆਂ ਕਾਫੀ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਨੋਟ ਹੋਈਆਂ ਨੇ। ਲੱਗਦਾ ਆਉਣ ਵਾਲੇ ਦਿਨਾਂ 'ਚ ਕਾਬੂ ਕਰ ਲਏ? ਹਾਂ ਬਿਲਕੁਲ ਬਿਲਕੁਲ, ਅਸੀਂ 100% ਦੇ ਨੂੰ ਜਿਹੜਾ